ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇਸ ਵੀਡੀਓ ਦੇ ਵਿੱਚ। ਅਤੇ ਸਕਰੀਨ ਦੇ ਉੱਤੇ ਤੁਸੀਂ ਫੋਟੋ ਵੇਖ ਰਹੇ ਹੋ, ਇਹ ਨੇ ਆਪਣੇ ਪੰਜਾਬ ਦੇ AG ਸਾਹਿਬ ਅਨਮੋਲ ਰਤਨ ਸਿੱਧੂ। ਮੰਗ ਪੱਤਰ ਦੇਣ ਦਾ ਸਿਲਸਿਲਾ ਜਿਹੜਾ ਜਾਰੀ ਹੈ ਜੀ। ਅੱਜ ਵੀ ਜਿਹੜੀ ਆ ਯੂਨੀਅਨ ਵੱਲੋਂ ਇਹ AG ਸਾਹਿਬ ਨਾਲ ਜਿਹੜੀ ਆ ਮੁਲਾਕਾਤ ਇੱਥੇ ਕੀਤੀ ਗਈ ਹੈ। ਅਤੇ ਇੱਥੇ ਕਿਹਾ ਗਿਆ ਹੈ ਕਿ ਜਿਹੜੀ 635 'ਤੇ ਸਟੇ ਹੈ ਲੱਗੀ ਹੋਈ ਹੈ, ਅਤੇ 30 ਤਰੀਕ ਨੂੰ ਜਿਹੜੀ ਆ ਸੁਣਵਾਈ ਹੈ, ਅਤੇ ਕੋਰਟ ਵਿੱਚ ਜਿਹੜੀ ਹੈ ਇਹ ਸਟੇਅ ਤੁੜਵਾਈ ਜਾਵੇ ਅਤੇ ਭਰਤੀ ਇਹ ਜਿਹੜੀ ਆ ਪੂਰੀ ਕੀਤੀ ਜਾਵੇ, ਅਤੇ ਚੋਣ ਦਾ ਜਿਹੜਾ ਮਸਲਾ ਆ ਉਹ ਵੀ ਹੱਲ ਕੀਤਾ ਜਾਵੇ ਕੋਰਟ ਵਿੱਚੋਂ, ਅਤੇ ਉਹ ਵੀ ਭਰਤੀ ਜਿਹੜੀ ਆ ਬਹਾਲ ਕੀਤੀ ਜਾਵੇ। ਸੋ AG ਸਾਹਿਬ ਵੱਲੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਜੀ, ਸਰਕਾਰ ਉਹਨਾਂ ਦੇ ਨਾਲ ਹੈ ਅਤੇ ਪੂਰੀ ਜਿਹੜੀ ਕੋਸ਼ਿਸ਼ ਰਹੇਗੀ ਕਿ ਸਟੇਅ ਦੀ ਤੁੜਵਾਈ ਜਾਏਗੀ ਅਤੇ ਇਹ ਭਰਤੀਆਂ ਜਿਹੜੀਆਂ ਨੇ ਪੂਰੀਆਂ ਕਰਵਾਵਾਂਗੇ ਅਸੀਂ। ਇਹ AG ਸਾਹਿਬ ਵੱਲੋਂ ਵੀ ਇੱਥੇ ਕਿਹਾ ਗਿਆ ਜੀ। ਸੋ ਮੰਗ ਪੱਤਰ ਦਿੱਤੇ ਜਾ ਰਹੇ ਨੇ ਜੀ, ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਜਿਹੜੇ ਹਲਕਾ ਇੰਚਾਰਜ ਨੇ ਜਾਂ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਵੀ ਜਿਹੜਾ ਆ ਮੰਗ ਪੱਤਰ ਦੇਣ ਦਾ ਸਿਲਸਿਲਾ ਇੱਥੇ ਜਾਰੀ ਹੈ ਜੀ। ਸੋ 30 ਤਰੀਕ ਨੂੰ ਜਿਹੜੀ ਆ ਕੋਰਟ ਕੇਸ ਦੀ 635 ਦੀ ਜਿਹੜੀ ਆ ਹੇਅਰਿੰਗ ਹੈ। ਕਾਫੀ ਜਿਹੜੇ ਚਾਂਸਿਸ ਨੇ ਇਹੀ ਲੱਗ ਰਹੇ ਨੇ ਕਿ ਜਿਹੜੀ ਸਟੇਅ ਹੁਣ ਟੁੱਟੇਗੀ ਅਤੇ ਭਰਤੀ ਜਿਹੜੀ ਆ ਪੂਰੀ ਹੋਏਗੀ। ਮੁੱਖ ਮੰਤਰੀ ਸਾਹਿਬ, ਸਿੱਖਿਆ ਮੰਤਰੀ ਸਾਹਿਬ ਅਤੇ ਹੁਣ AG ਸਾਹਿਬ, ਇਹਨਾਂ ਤਿੰਨਾਂ ਵੱਲੋਂ ਜਿਹੜਾ ਆ ਇੱਥੇ ਵਿਸ਼ਵਾਸ ਭਰੋਸਾ ਇੱਥੇ ਦਵਾਇਆ ਗਿਆ ਕਿ ਸਰਕਾਰ ਚਾਹੁੰਦੀ ਹੈ ਪੁਰਾਣੀਆਂ ਭਰਤੀਆਂ ਜਿਹੜੀਆਂ ਨੇ ਉਹ ਪਹਿਲਾਂ ਪੂਰੀਆਂ ਕਰੀਏ ਅਤੇ ਫਿਰ ਜਿਹੜੀਆਂ ਨਵੀਂ ਭਰਤੀਆਂ ਅਸੀਂ ਲੈ ਕੇ ਆਈਏ। ਸੋ ਪੂਰੀ ਹੁਣ ਜਿਹੜਾ ਆ ਪੂਰਾ ਜ਼ੋਰਦਾਰ ਜਿਹੜਾ ਇਹ ਕੋਸ਼ਿਸ਼ ਜਿਹੜੀ ਆ ਹੁਣ ਚੱਲ ਰਹੀ ਹੈ ਕਿ ਭਰਤੀਆਂ ਇਹ ਜਿਹੜੀਆਂ ਹਾਈ ਕੋਰਟ ਵਿੱਚੋਂ ਸਟੇਅ ਦੀ ਤੁੜਵਾ ਕੇ ਅਤੇ ਭਰਤੀਆਂ ਜਿਹੜੀਆਂ ਨੇ ਬਹਾਲ ਕੀਤੀਆਂ ਜਾਣ ਅਤੇ ਭਰਤੀਆਂ ਪੂਰੀਆਂ ਕੀਤੀਆਂ ਜਾਣ। ਸੋ ਇਹ ਮੁਲਾਕਾਤ ਦੀ ਫੋਟੋ ਤੁਸੀਂ ਵੇਖ ਰਹੇ ਹੋ ਜੀ, AG ਸਾਹਿਬ ਨਾਲ ਜਿਹੜੇ ਯੂਨੀਅਨ ਦੇ ਆਗੂਆਂ ਨੇ ਮੁਲਾਕਾਤ ਜਿਹੜੀ ਕੀਤੀ ਹੈ। ਸੋ ਇਹ ਅਪਡੇਟ ਤੁਹਾਨੂੰ ਦੇਣੀ ਸੀ, ਅਤੇ ਇੱਕ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ, ਅਪਡੇਟ ਤੁਹਾਨੂੰ ਇਸੇ ਤਰ੍ਹਾਂ ਹੀ ਦਿੰਦੇ ਰਹਾਂਗੇ। ਟੈਲੀਗ੍ਰਾਮ ਗਰੁੱਪ ਸਾਡਾ ਜਿਹੜਾ ਆ ਤੁਸੀਂ ਜ਼ਰੂਰ ਜੁਆਇਨ ਕਰੋ ਜੀ, ਉੱਥੇ ਤੁਹਾਨੂੰ ਜਿਹੜੀ ਅਪਡੇਟਸ ਨੇ ਤੁਹਾਨੂੰ ਮਿਲਦੇ ਰਹਿਣਗੀਆਂ। ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਦੇ ਦਾਂਗੇ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਸੋ ਧੰਨਵਾਦ ਵੀਡੀਓ ਨੂੰ ਵੇਖਣ ਦੇ ਲਈ ਜੀ।